ਬਟਾਲਾ ਦੇ ਹਰਚੋਲ ਚੌਂਕ ਵਿੱਚ ਮਸੀਹੀ ਆਗੂ ਲੌਰੈਂਸ ਚੌਧਰੀ, ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਅਤੇ ਯੂਥ ਦੇ ਕੌਮੀ ਪ੍ਰਧਾਨ ਆਰਿਫ ਮਸੀਹ ਦੀ ਅਗਵਾਈ ਹੇਠ ਮਸੀਹੀ ਭਾਈਚਾਰੇ ਨੇ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੌਰੈਂਸ ਚੌਧਰੀ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਡੇਹੀਵਾਲ ਦਰੋਗਾ ਦਾ ਮਸੀਹੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਇੱਕ ਵਪਾਰੀ ਇੱਕ ਛੋਟੇ ਹਾਥੀ ਵਿੱਚ ਕੁਝ ਪਸ਼ੂਆਂ ਨੂੰ ਲੈ ਕੇ ਸੁਹਾਨਪੁਰ ਮੰਡੀ ਜਾ ਰਿਹਾ ਸੀ ਤਾਂ ਹਰਚੌਲ ਤੋਂ ਅੱਗੇ ਪਿੰਡ ਭਾਮ ਦੇ ਨਜ਼ਦੀਕ ਕੁਝ ਨਕਲੀ ਨਿਹੰਗ ਸਿੰਘਾਂ ਨੇ ਛੋਟੇ ਹਾਥੀ ਨੂੰ ਘੇਰ ਲਿਆ ਅਤੇ ਵਪਾਰੀ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜਦ ਤੱਕ ਪੁਲਿਸ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕਰਦੀ ਉਦੋਂ ਤੱਕ ਉਹਨਾਂ ਦਾ ਧਰਨਾ ਜਾਰੀ ਰਹੇਗਾ। ਲੌਰੈਂਸ ਚੌਧਰੀ, ਮੈਂ ਕ੍ਰਿਸਚਨ ਨੈਸ਼ਨਲ ਫਰੰਟ ਦਾ ਰਾਸ਼ਟਰੀ ਪ੍ਰਧਾਨ ਅਤੇ ਮਸੀਹ ਏਕਤਾ ਸੰਘਰਸ਼ ਕਮੇਟੀ ਦਾ ਪੰਜਾਬ ਪ੍ਰਧਾਨ। ਅੱਜ ਦੇ ਧਰਨੇ ਦੀ ਮੁੱਖ ਵਜ੍ਹਾ ਕਿ ਦੋ ਦਿਨ ਪਹਿਲਾਂ ਰੋਸ਼ਨ ਮਸੀਹ ਦੇਰੀਵਾਲ ਦਰੋਗਾ ਪਿੰਡ ਤੋਂ ਮਸੀਹ ਭਾਈਚਾਰੇ ਨਾਲ ਸੰਬੰਧਿਤ ਇੱਕ ਵਪਾਰੀ ਆ ਅਤੇ ਉਹ ਆਪਣੇ ਛੋਟੇ ਹਾਥੀ ਵਿੱਚ ਇੱਕ ਮੱਝ, ਝੋਟੀ ਅਤੇ ਕੱਟਾ ਲੈ ਕੇ ਸੁਹਾਨਪੁਰ ਮੰਡੀ ਨੂੰ ਜਾ ਰਿਹਾ ਸੀ। ਜਦੋਂ ਹਰਚੋਲ ਤੋਂ ਅੱਗੇ ਉਹ ਭਾਮ ਦੇ ਕੋਲ ਪਹੁੰਚੇ ਅਤੇ ਕੁਝ ਨਕਲੀ ਨਿਹੰਗ ਸਿੰਘ ਜਿਹੜੇ ਨੇ ਇੱਥੇ ਡੇਰਾ ਲਾ ਕੇ ਬੈਠੇ ਨੇ, ਉਹਨਾਂ ਨੇ ਪੰਜ ਸੱਤ ਮੋਟਰਸਾਈਕਲਾਂ 'ਤੇ ਉਸ ਛੋਟੇ ਹਾਥੀ ਨੂੰ ਰੋਕਿਆ ਅਤੇ ਉਹਨਾਂ ਨੇ ਰੋਕ ਕੇ ਡਰਾਈਵਰ ਨੂੰ ਵੀ ਕੁੱਟਿਆ, ਵਪਾਰੀ ਨੂੰ ਵੀ ਕੁੱਟਿਆ ਅਤੇ ਮੁੜ ਕੇ ਜਿਹੜਾ ਛੋਟੇ ਹਾਥੀ ਦਾ ਜਿਹੜਾ ਮਾਲ ਸੀ ਉਹ ਜਬਰੀ ਲਿਜਾ ਕੇ ਅਤੇ ਆਪਣੇ ਡੇਰੇ ਤੋਂ ਉਤਾਰ ਲਿਆ। ਸੋ ਉਹਨਾਂ ਨੂੰ ਨਾਲ ਧਮਕੀ ਵੀ ਦਿੱਤੀ ਉਹਨਾਂ ਨੇ ਵੀ ਜੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਅਸੀਂ ਤੁਹਾਡੇ ਘਰ ਆ ਕੇ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮਾਰ ਦੇਵਾਂਗੇ। ਸੋ ਇਸ ਗੱਲ ਨੂੰ ਲੈ ਕੇ ਮਸੀਹ ਭਾਈਚਾਰੇ ਵਿੱਚ ਭਾਰੀ ਰੋਸ ਆ, ਵਪਾਰੀ ਵਰਗ ਵਿੱਚ ਵੀ ਰੋਸ ਆ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਇੰਨੀ ਆ ਕਿ ਨੌਜਵਾਨ ਪੜ੍ਹੇ ਲਿਖੇ ਜਿਹੜੇ ਉਹ ਵਿਹਲੇ ਘੁੰਮ ਰਹੇ ਨੇ, ਨਸ਼ਿਆਂ ਦੇ ਆਦੀ ਹੋ ਰਹੇ ਨੇ ਅਤੇ ਸਰਕਾਰ ਵੀ ਜਿਹੜੀ ਆ ਉਹ ਉਹਨਾਂ ਨੂੰ ਰੁਜ਼ਗਾਰ ਨਹੀਂ ਮੁਹੱਈਆ ਕਰ ਰਹੀ। ਤਾਂ ਜੇ ਕੁਝ ਲੋਕ, ਗਰੀਬ ਲੋਕ ਕੁਝ ਵਪਾਰ ਕਰਕੇ ਆਪਣਾ ਰੋਜ਼ੀ ਰੋਟੀ ਚਲਾ ਰਹੇ ਨੇ ਤਾਂ ਸਰਕਾਰ ਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਕੱਲ੍ਹ ਜਦੋਂ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਆ ਕਿ ਆਹ ਇੱਕ ਘਟਨਾ ਹੋਈ ਆ ਕਿ ਇੱਕ ਮਤਲਬ ਨਕਲੀ ਨਿਹੰਗ ਸਿੰਘਾਂ ਨੇ ਜਬਰੀ ਰੋਕ ਕੇ, ਜਿਨ੍ਹਾਂ ਦੇ ਕੋਲ ਕੋਈ ਅਧਿਕਾਰ ਵੀ ਨਹੀਂ ਆ ਕਿਉਂਕਿ ਇਹ ਕੰਮ ਪੁਲਿਸ ਦਾ ਆ ਕਿਸੇ ਵੀ ਗੱਡੀ ਨੂੰ ਰੋਕਣਾ, ਚੈੱਕ ਕਰਨਾ, ਪਰ ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ? ਉਹਨਾਂ ਨੇ ਕੁੱਟਿਆ, ਫਿਰ ਉਹਨਾਂ ਨੇ ਉਹਨਾਂ ਦਾ ਮਾਲ ਲੁੱਟ ਲਿਆ, ਪੁਲਿਸ ਨੂੰ ਦਿੱਤਾ। ਪੁਲਿਸ ਨੇ ਸਾਨੂੰ 5 ਵਜੇ ਤੱਕ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਮਾਲ ਰਿਕਵਰ ਕਰਨ ਨੂੰ ਕਿਹਾ ਸੀਗਾ ਅਤੇ ਨਾ ਹੀ ਉਹਨਾਂ ਖਿਲਾਫ਼ ਕੋਈ ਪਰਚਾ ਦਰਜ ਹੋਇਆ, ਨਾ ਹੀ ਉਹਨਾਂ ਦੀ ਰਿਕਵਰੀ ਕਰਕੇ ਦਿੱਤੀ ਆ। ਇਸ ਕਰਕੇ ਅਸੀਂ ਭਾਈਚਾਰੇ ਨੇ ਅੱਜ ਫੈਸਲਾ ਕੀਤਾ ਕਿ ਸਾਡੇ ਨਾਲ ਵਾਲਮੀਕਿ ਮਜ਼੍ਹਬੀ ਸਿੱਖ ਮੋਰਚੇ ਦਾ ਵੀ ਸਹਿਯੋਗ ਆ, ਉਹ ਵੀ ਅੱਜ ਇੱਥੇ ਵਰਕਰ ਉਹਨਾਂ ਦੇ ਸਾਡੇ ਵਿੱਚ ਪਹੁੰਚੇ ਨੇ ਔਰ ਅਸੀਂ ਇੱਥੇ ਹਰਚੋਲ ਚੌਂਕ ਦੇ ਵਿੱਚ ਧਰਨਾ ਲਾਇਆ ਔਰ ਅਸੀਂ ਉਦੋਂ ਤੱਕ ਇਹ ਧਰਨਾ ਜਾਰੀ ਰੱਖਾਂਗੇ ਜਦੋਂ ਤੱਕ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਨਹੀਂ ਹੋ ਜਾਂਦਾ ਅਤੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ।